ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਗੁਰ ਪ੍ਰਸਾਦ ਆਦ ਸੱਚ ਜੁਗਾਦ ਸੱਚ ਹੈ ਤੇ ਸੱਚ ਨਾਨਕ ਹੋ ਸੀ ਸੱਚ ਤੇਰੇ ਕਵਨ ਕਵਨ ਕਹਿ ਕਹਿ ਗਾਵਾਂ ਸਾਹਿਬ ਗੁਣੀ ਨਿਧਾਨਾ ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਵਰਨਨਾ ਸਾਕੋ ਤੂੰ ਠਾਕੁਰ ਭਗਵਾਨ ਠਾਕੁਰ ਭਗਵਾਨ ਨਿਮਾਣਿਓ ਕੇ ਮਾਨ ਗੁਰੂ ਨਿਤਾਣਿਓ ਕੇ ਤਾਂ ਨਿਓਟਿਓ ਕੀਓ ਨਿਆਸਰਿਓ ਕੇ ਆਸਰਾ ਆਨੰਦ ਗੁਣੀ ਨਿਦਾ ਗੁਰੂ ਗਰੀਬ ਨਿਵਾਸ ਗਰੀਬ ਨਿਵਾਸ ਗਰੀਬ ਤੇਰਾ ਥਾਨ ਸੁਹਾ ਰੂਪ ਸੁਹਾ ਤੇਰਾ ਥਾਨ ਰੂਪ ਸੁਹਾਵਾ ਤੇਰੇ ਭਗਤ ਸੁਣੇ ਦਰਬਾਰੇ ਤੇਰੇ ਭਗਤ ਸੁਣੇ ਦਰਬਾਰੇ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰਾ ਥਾਨ ਅਵਖੰਡਨ ਦੁੱਖ ਅੰਜਨ ਸਾ
ਮਿਟੇ ਕਿਨੇ ਲੀਤੇ ਹੁਣੇ ਗੱਲ ਸਰਵਣ ਕਰਾ ਕੇ ਗਏ ਨੇ ਮਹਾਂਪੁਰਸ਼ ਸਾਰੇ ਦੇਵਤਿਆਂ ਨੂੰ ਕੰਧਾ ਲਾਉਣਾ ਪੈ ਗਿਆ ਸੀ ਇਹ ਸਤਿਗੁਰ ਜੀ ਮੋਹਰ ਲਾਉਂਦੇ ਨੇ ਉਸ ਗੱਲ ਦੇ ਕੋਟ ਪਰਾਧ ਮਿਟੇ ਕਿਨ ਪੀਤਰ ਜਾਂ ਗੁਰਮੁਖ ਨਾਮ ਸੁਣਾ ਗੁਰਮੁਖ ਇੱਕ ਵਾਰੀ ਨਾਮ ਤਾਂ ਲਵੇ ਉਹ ਸਤਿਗੁਰ ਜੀ ਪਤਾ ਨਹੀਂ ਕੀ ਤੇ ਕੀ ਕਰ ਪੰਕਤੀ ਸਤਿਗੁਰ ਨੇ ਹੁਣ ਬਖਸ਼ੀ ਹੈ ਵਿਆਖਿਆ ਆਪਾਂ ਪਹਿਲਾਂ ਮਹਾਂਪੁਰਖਾਂ ਤੋਂ ਸੁਣ ਲਈ ਇਹ ਹੈ ਰਾਮ ਦੇ ਨਾਮ ਦਾ ਜਿਹੜਾ ਪ੍ਰਤਾਪ ਹੈ ਨਾ ਜਿਹੜੀ ਗੱਲ ਕਰਦੇ ਸਨ ਇਹ ਪ੍ਰਤਾਪ ਕੋਟ ਪਰਾਧ ਮਿਟੇ ਖਿੰਨ ਭੀਤਰ ਜਾਂ ਗੁਰਮੁਖ ਨਾਮ ਸਮਾਵਾ ਇੱਕ ਵਾਰ ਨਾਮ ਲੈ ਤਾਂ ਸਹੀ ਫਿਰ ਆਨੰਦ ਦੇਖ ਕੇ ਨਾ ਬਖਸ਼ਦਾ ਨਾਮ ਲੈ ਕੇ ਦੇਖ ਇੱਕ ਵਾਰੀ ਸਭ ਉਸ ਰਾਮ ਦੇ ਨਾਮ ਨੂੰ ਆਪਣੇ ਹਿਰਦੇ ਚ ਵਸਾ ਕੇ ਤਾਂ ਦੇਖ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰਾ ਇੰਨਾ ਸੋਹਣਾ ਰੂਪ ਹੈ ਤੇਰਾ ਥਾਨ ਬਹੁਤ ਸੋਹਣਾ ਹੈ ਤੇਰੇ ਭਗਤ ਸੋਹੇ ਆਪਾਂ ਸਾਰੇ ਭਗਤ ਹੀ ਤਾਂ ਹੈ ਸਤਿਗੁਰ ਜੀ ਦੇ ਨੀ ਸ਼ਹਿਰ ਤੇ ਬੜਾ ਵਸਦਾ ਸਾਰੇ ਹੀ ਨਹੀਂ ਆ ਗਏ ਕਿਸੇ ਨੂੰ ਨਾ ਥੋੜੇ ਕੀਤੀ ਹੈ ਪਰ ਸਤਿਗੁਰ ਚੁਣ ਚੁਣ ਕੇ ਲੈ ਕੇ ਆਉਂਦੇ ਨੇ ਸਾਰਿਆਂ ਨੇ ਆਪਾਂ ਨੂੰ ਬਖਸ਼ਿਆ ਸਤਿਗੁਰ ਨੇ ਆਪਣਾ ਇਹ ਸਤਸੰਗ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰੇ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਤ ਮੈਂ ਸੁੱਕਿਆਂ ਤੋਂ ਹਰੇ ਹੋ ਕੇ ਸਤਿਗੁਰ ਜੀ ਤੁਹਾਡੀ ਸਤਸੰਗਤ ਮਿਲੀ ਇਹ ਸਤਸੰਗ ਹੈ ਸਤਸੰਗ ਜੀ ਇਹੀ ਸਤਸੰਗ ਹੈ ਉਹ ਕੋਈ ਹੋਰ ਨਹੀਂ ਇਹੀ ਸਤਸੰਗ ਆਓ ਸ਼ਬਦ ਦੀ ਅਪੂਰਤੀਆ ਸਮਝ ਕੋਟ ਪਰਾਧ ਮਿਟੇ ਖਿੰਨ ਭੀਤਰ ਕੋਟ ਪਰਾਧ ਮਿਟੇ ਖਿੰਨ ਭੀਤਰ ਜਾ ਗੁਰਮੁਖ ਨਾਮ ਸਮਾਰੇ ਗੁਰਮੁਖ ਨਾਮ ਸਮਾਰੇ ਜਾ ਗੁਰਮੁਖ ਲਾਗਾ ਹੈ ਰਾਮ ਪਿਆਰੇ ਰਾਮ ਲਾਗਾ ਹੈ ਰਾਮ
Thank you.
ਜਾਤ